प्यारे बच्चों आओ आज से पढिए क्लास 5th ਦਾ ਸਵਾਗਤ ਜ਼ਿੰਦਗੀ ਬੁੱਕ ਦਾ ਚੈਪਟਰ ਨੰਬਰ 9 ਉਲਝਣ ਦਾ ਸਹੀ ਹੱਲ ਆਓ ਪਤੰਗ ਉਡਾਈਏ ਅੱਜ ਮੈਂ ਤੁਹਾਨੂੰ ਬਾਲ ਰਸਾਲੇ ਵਿੱਚ ਛਪੀ ਹੋਈ ਮਾਨਯੋਗ ਅਧਿਆਪਕ ਸ਼੍ਰੀ ਸੰਦੀਪ ਸਿੰਘ ਬਾਹਲਵੀ ਜੀ ਦੀ ਇੱਕ ਘਟਨਾ ਪੜ ਕੇ ਸੁਣਾਉਂਦਾ ਹਾਂ ਉੱਡਦੇ ਹੋਏ ਪਤੰਗ ਤਾਂ ਤੁਸੀਂ ਆਮ ਦੇਖੇ ਹੋਣੇ ਤੁਹਾਡੇ ਚੋਂ ਕਈ ਬੱਚੇ ਆਪ ਵੀ ਛੁੱਟੀ ਵਾਲੇ ਦਿਨ ਪਤੰਗ ਉਡਾਉਂਦੇ ਹੋਣਗੇ ਬਚਪਨ ਚ ਮੈਂ ਵੀ ਤੁਹਾਡੇ ਵਰਗਾ ਸੀ ਮੈਂ ਵੀ ਪਤੰਗ ਉਡਾਇਆ ਕਰਦਾ ਸੀ ਬਸੰਤ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਹੈ ਮੈਂ ਤੇ ਮੇਰਾ ਆੜੀ ਨਿੰਮਾ ਪਤੰਗ ਉਡਾ ਰਹੇ ਸਨ ਘਰਾਂ ਦੀਆਂ ਛੱਤਾਂ ਤੇ ਹੋਰ ਲੋਕ ਵੀ ਪਤੰਗ ਉਡਾ ਰਹੇ ਸੀ ਪੇਚੇ ਲੱਗ ਰਹੇ ਸਨ ਰੋਲਾ ਰੱਪਾ ਤੇ ਸ਼ੋਰ ਸ਼ਰਾਬਾ ਸੀ ਅਸੀਂ ਵੀ ਦੋਵੇਂ ਪੂਰੀ ਮौज ਕਰ ਰਹੇ ਸੀ ਅਚਾਨਕ ਨਿੰਮੇ ਕੋਲੋਂ ਡੋਰ ਉਲਝ ਗਈ ਮੈਂ ਹੋਰ ਡੋਰ ਛੱਡਣੀ ਚਾਹੁੰਦਾ ਸੀ ਪਰ ਡੋਰ ਨੂੰ ਗੁੰਝਲ ਪੈ ਗਏ ਸਾਰਾ ਮਜ਼ਾਕ ਕਿਰਕਰਾ ਹੋ ਗਿਆ ਪਤੰਗ ਸੰਭਾਲੀ ਨਾ ਗਈ ਤੇ ਕੱਟੀ ਗਈ ਮੈਨੂੰ ਨਿੰਮੇ ਤੇ ਬਹੁਤ ਗੁੱਸਾ ਆਇਆ ਨਿੰਮੇ ਨੇ ਆਪਣਾ ਗੁੱਸਾ ਚਰਖੜੀ ਤੇ ਕੱਢਿਆ ਹੁਣ ਸੋਚਦਾ ਨਿੰਮੇ ਦਾ ਕੋਈ ਕਸੂਰ ਨਹੀਂ ਸੀ ਕਸੂਰ ਚਰਖੜੀ ਦਾ ਵੀ ਨਹੀਂ ਸੀ ਕਸੂਰ ਡੋਰ ਵਿੱਚ ਪਈ ਗੁੰਜਲ ਦਾ ਸੀ ਉਲਝਣ ਦਾ ਸੀ ਜੋ ਗੁੰਜਲ ਨਾ ਪਵੇ ਤਾਂ ਪਤੰਗ ਆਸਮਾਨ ਵਿੱਚ ਉੱਡਦੀ ਰਹਿੰਦੀ ਹੈ ਬੱਚਿਓ ਆਓ ਕੁਝ ਪ੍ਰਸ਼ਨਾਂ ਦੇ ਉੱਤਰ ਕਰੀਏ ਬੱਚਿਆਂ ਨੂੰ ਅਧਿਆਪਕ ਨੇ ਕਹਾਣੀ ਕਿੱਥੋਂ ਪੜ੍ਹ ਕੇ ਸੁਣਾਈ ਸੀ ਬੱਚਿਓ ਇਹ ਬਾਲ ਰਸਾਲੇ ਵਿੱਚੋਂ ਸੁਣਾਈ ਸੀ ਪਤੰਗ ਕੌਣ-ਕੌਣ ਉਡਾ ਰਿਆ ਸੀ ਲੇਖਕ ਅਤੇ ਉਸ ਦਾ ਦੋਸਤ ਨਿੰਮਾ ਬੱਚਿਆਂ ਦਾ ਮਜ਼ਾ ਕਿਰਕਰਾ ਕਿਉਂ ਹੋਇਆ ਕਿਉਂਕਿ ਡੋਰ ਨੂੰ ਉਲਝਣ ਪੈ ਗਈ ਅਤੇ ਪਤੰਗ ਕਟਿਆ ਗਿਆ ਕਸੂਰ ਕਿਸ ਦਾ ਸੀ ਕਸੂਰ ਡੋਰ ਵਿੱਚ ਪਈ ਉਲਝਣ ਦਾ ਸੀ ਬੱਚਿਆਂ ਨੂੰ ਦੱਸਿਆ ਗਿਆ ਕਿ ਉਲਝਣਾ ਜੀਵਨ ਦਾ ਅੰਗ ਹਨ ਹਰ ਇੱਕ ਮਨੁੱਖ ਦੀ ਜ਼ਿੰਦਗੀ 'ਚ ਹੁੰਦੀਆਂ ਹਨ ਇਹ ਮੇਰੇ ਲਈ ਵੀ ਹਨ ਪਰ ਹਰ ਉਲਝਣ ਦਾ ਹੱਲ ਹੈ ਸੋ ਆਓ ਗਾਈਏ ਜੇ ਸਵਾਲ ਸਮਝ ਨਾ ਆਵੇ ਜੇ ਵੱਡਾ ਬੱਚਾ ਤਮਕਾਵੇ ਕੋਈ ਵੀ ਜੇ ਫਿਕਰ ਸਤਾਵੇ ਆਪਣੇ ਅਧਿਆਪਕ ਕੋਲ ਜਾਈਏ ਤੇ ਉਲਝਣ ਨੂੰ ਦੂਰ ਭਜਾਈਏ ਨਾ ਕਦੇ ਡਰਿਏ ਨਾ ਡਰਾਈਏ ਹਰ ਮਸਲੇ ਦਾ ਹੱਲ ਮੰਤਰੀ ਮੰਡਲ ਦੀ ਤਸਵੀਰ ਬੱਚਿਆਂ ਸਾਹਮਣੇ ਦਿਖਾਈ ਜਾਵੇ ਇਸ ਤਸਵੀਰ ਵਿੱਚ ਦਿਖਾਏ ਚਿਹਰੇ ਫਿਕਰਮੰਦ ਹੋਣਗੇ ਪੰਜ ਬੱਚੇ ਕਾਵ ਟੁਕੜੀ ਬੋਲਣਗੇ ਪਹਿਲਾ ਬੱਚਾ ਆਓ ਦੇਖੋ ਆ ਤਸਵੀਰ ਬੈਠਾ ਰਾਜਾ ਖੜਾ ਵਜ਼ੀਰ ਦੂਜਾ ਬੱਚਾ ਗੁੰਜਲ ਹੈ ਸੱਚਮੁੱਚ ਗੰਬੀਰ ਇਕੱਠੇ ਹੋਣ ਪੈਣਾ ਤੇ ਵੀਰ ਤੀਜਾ ਬੱਚਾ ਪੂਰੀ ਸਭਾ ਪਰੇਸ਼ਾਨੀ ਵਿੱਚ ਹੈ ਦਰਬਾਰੀ ਹੈਰਾਨੀ ਵਿੱਚ ਹੈ ਚੌਥਾ ਬੱਚਾ ਆ ਜਾਣ ਸਾਰੇ ਗੁਣੀ ਗਿਆਨੀ ਸੂ ਜਵਾਨ ਵੱਡੇ ਵਗਿਆਨੀ ਪੰਜਵਾਂ ਬੱਚਾ ਲੱਭ ਜਾਣਾ ਮਸਲੇ ਦਾ ਹੱਲ ਪੈ ਜਾਏਗੀ ਆਫਤ ਨੂੰ ਠੱਲ ਸੋ ਬੱਚਿਓ ਇਸ ਕਵਿਤਾ ਪਾਠ ਤੋਂ ਅਸੀਂ ਇਸ ਸਿੱਟੇ ਤੇ ਪੱਜੇ ਹਾਂ ਕੇ ਵੱਡੇ ਤੋਂ ਵੱਡੇ ਵਿਅਕਤੀ ਨੂੰ ਵੀ ਮੁਸ਼ਕਲ ਆ ਸਕਦੀ ਹੈ ਮੁਸ਼ਕਲ ਵੇਲੇ ਇਕੱਠੇ ਹੋ ਕੇ ਵਿਚਾਰ ਕਰਨ ਦੀ ਲੋੜ ਹੈ ਤਰਕ ਅਤੇ ਦਲੀਲ ਗੁੰਝਲ ਦਾ ਹੱਲ ਕਰ ਸਕਦੇ ਹਨ ਪ੍ਰਸ਼ਨ 1 2 ਸਤਰਾਂ ਵਿੱਚ ਆਪੋ ਆਪਣੀ ਇੱਕ ਉਲਝਣ ਬਾਰੇ ਲਿਖੋ ਬੱਚਿਓ ਇਸ ਇਸ ਦੇ ਵਿੱਚ ਤੁਸੀਂ ਤੁਹਾਡੇ ਲਾਈਫ ਦੇ ਵਿੱਚ ਅਗਰ ਕੋਈ ਉਲਝਣ ਆਈ ਹੋਵੇ ਉਸ ਬਾਰੇ ਲਿਖਣਾ ਆਪਣੀ ਆਪਣੀ ਉਲਝਣ ਦੇ ਹੱਲ ਲਈ ਤੁਸੀਂ ਕੀ ਕੀਤਾ ਸੀ ਉਸ ਉਲਝਣ ਨੂੰ ਦੂਰ ਕਰਨ ਵਾਸਤੇ ਤੁਸੀਂ ਕੀ ਕੀਤਾ ਸੀ? ਅਧਿਆਪਕ ਦਾ ਨੋਟ ਸਵਜੋਤ ਪੰਜਵੀਂ ਜਮਾਤ ਦਾ ਹੁਸ਼ਿਆਰ ਵਿਦਿਆਰਥੀ ਹੈ ਪਿਛਲੇ 2 ਮਹੀਨਿਆਂ ਤੋਂ ਉਹ ਖਿਜਿਆ ਖਿਜਿਆ ਰਹਿੰਦਾ ਹੈ। ਪੜ੍ਹਾਈ ਵਿੱਚ ਵੀ ਉਸ ਦਾ ਰੁਝਾਨ ਘਟ ਗਿਆ ਹੈ। ਉਸ ਦੇ ਸਾਥੀਆਂ ਨੇ ਵੀ ਉਸ ਦਾ ਤਣਾਅ ਨੋਟ ਕੀਤਾ ਹੈ। ਉਹ ਸਕੂਲ ਵਿੱਚ ਉਹ ਗਿਆ ਰਹਾ ਜ ਰਹਿਣ ਲੱਗਾ ਹੈ। ਅਧਿਆਪਕ ਤੇ ਸਵਜੋਤ ਦੀ ਗੱਲਬਾਤ ਅਧਿਆਪਕ ਸਵਜੋਤ ਕੀ ਗੱਲ ਤੂੰ ਹੁਣ ਰੀਡਿੰਗ ਕਾਰਨਰ ਦੀ ਦਿਲਚਸਪੀ ਨਹੀਂ ਲੈਂਦਾ। ਸਵਜੋਤ ਸਰ ਮੇਰੇ ਕੋਲ ਸਮੇਂ ਦੀ ਥੋੜ੍ਹੀ ਰਹਿੰਦੀ ਹੈ ਅਧਿਆਪਕ ਉਹ ਕਿਵੇਂ ਬਈ ਪਹਿਲਾਂ ਤਾਂ ਤੂੰ ਸਭ ਤੋਂ ਅੱਗੇ ਹੋ ਕੇ ਹਰ ਨਵੀਂ ਕਿਤਾਬ ਪੜ੍ਹਦਾ ਸੀ ਸਵਜੋਤ ਪਹਿਲਾਂ ਠੀਕ ਸੀ ਸਰ ਹੁਣ ਘਰੇਲੂ ਕੰਮ ਕਰਨ ਮੁਸ਼ਕਲ ਹੋ ਗਿਆ ਹੈ ਪਰ ਕਾਰਨ ਤਾਂ ਦੱਸ ਜੀ ਮੇਰੇ ਪਿਤਾ ਜੀ ਪਿਛਲੇ 3 ਮਹੀਨਿਆਂ ਤੋਂ ਬਿਮਾਰ ਹਨ ਕੀ ਗੱਲ ਹੋਈ ਹੈ ਸਰ ਟੈਸਟ ਰਿਪੋਰਟ ਤੋਂ ਟੀਬੀ ਦਾ ਪਤਾ ਲੱਗਿਆ ਹੈ ਅਧਿਆਪਕ ਡਰੋ ਨਾ ਇਸ ਬਿਮਾਰੀ ਦਾ ਇਲਾਜ ਹੈ ਸਰਕਾਰੀ ਹਸਪੀਟਲ ਚੋ ਮਰੀਜ਼ਾਂ ਨੂੰ ਦਵਾਈ ਮੁਫਤ ਮਿਲਦੀ ਹੈ ਸਵਜੋਤ ਹਾਂ ਸਰ ਅਸੀਂ ਹੁਣ ਉੱਥੋਂ ਹੀ ਇਲਾਜ ਸ਼ੁਰੂ ਕੀਤਾ ਹੈ ਅਧਿਆਪਕ ਬੱਸ ਇਲਾਜ ਤੇ ਪਰਹੇਜ਼ ਦੋਵੇਂ ਜ਼ਰੂਰੀ ਹਨ ਸਵਜੋਤ ਠੀਕ ਹੈ ਸਰ ਅਧਿਆਪਕ ਤੂੰ ਪੜ੍ਹਾਈ ਦਾ ਫਿਕਰ ਨਾ ਕਰ ਤੇਰਾ ਸਿਲੇਬਸ ਪੂਰਾ ਹੋ ਜਾਵੇਗਾ ਕਿਸੇ ਗੱਲ ਤੋਂ ਡਰਨਾ ਨਹੀਂ ਕੋਈ ਲੋੜ ਹੋਵੇ ਤਾਂ ਮੈਨੂੰ ਦੱਸੀ ਤੂੰ ਸਾਡਾ ਸਿਆਣਾ ਵਿਦਿਆਰਥੀ ਹੈ ਸਾਵਧਾਨੀਆਂ ਇਹ ਵੀ ਸ਼ੂਦੀ ਬਿਮਾਰੀ ਹੈ ਮਰੀਜ਼ ਦੀ ਦੇਖਭਾਲ ਕਰਨ ਵੇਲੇ ਆਪਣੇ ਮੂੰਹ ਤੇ ਮਾਸਕ ਲਗਾਉਣਾ ਚਾਹੀਦਾ ਹੈ ਮਰੀਜ਼ ਦੇ ਕੱਪੜੇ ਹਰ ਰੋਜ਼ ਧੋਣੇ ਚਾਹੀਦੇ ਹਨ ਬਿਸਤਰੇ ਦੀ ਚਾਦਰ ਵੀ ਬਦਲਣੀ ਚਾਹੀਦੀ ਹੈ ਮਰੀਜ਼ ਨੂੰ ਸੰਤੁਲਿਤ ਭੋਜਨ ਦੇਣਾ ਚਾਹੀਦਾ ਹੈ ਬੱਚਿਓ ਆਓ ਕੁਝ ਪ੍ਰਸ਼ਨਾਂ ਦੇ ਉੱਤਰ ਦਈਏ ਸਵਜੋਤ ਪਰੇਸ਼ਾਨ ਕਿਉਂ ਸੀ ਜਿਵੇਂ ਕਿ ਬੱਚਿਓ ਤੁਹਾਨੂੰ ਪਤਾ ਹੀ ਹੈ ਆਪਣੇ ਪਿਤਾ ਦੀ ਬਿਮਾਰੀ ਕਾਰਨ ਪਰੇਸ਼ਾਨ ਸੀ ਉਸ ਦੇ ਪਿਤਾ ਜੀ ਨੂੰ ਕੀ ਬਿਮਾਰੀ ਸੀ ਤੇ ਇਹਦਾ ਉੱਤਰ ਆਏਗਾ ਟੀਬੀ ਦੀ ਬਿਮਾਰੀ ਅਧਿਆਪਕ ਨੇ ਉਸ ਨੂੰ ਕੀ ਕਿਹਾ ਅਧਿਆਪਕ ਨੇ ਕਿਹਾ ਕਿ ਉਹ ਪਿਤਾ ਜੀ ਦਾ ਇਲਾਜ ਕਰਾਵੇ ਕਰਾਵੇ ਅਤੇ ਪਰਹੇਜ਼ ਰੱਖੇ ਤੇ ਆਪਣੀ ਪੜ੍ਹਾਈ ਦੀ ਚਿੰਤਾ ਨਾ ਕਰੇ ਸ਼ੁੱਧੀਆਂ ਦੋ ਬਿਮਾਰੀਆਂ ਦੇ ਨਾਮ ਦੱਸੋ ਇੱਕ ਤਾਂ ਬੱਚੇ ਟੀਵੀ ਹੋ ਗਈ ਦੂਸਰੀ ਹੋ ਗਈ ਕਰੋਨਾ ਵਾਇਰਸ ਜਿਹੜੀ ਕਿ ਅੱਜ ਕੱਲ ਚੱਲ ਰਹੀ ਹੈ ਤੁਹਾਨੂੰ ਪਤਾ ਹੀ ਹੈ